ਇੱਕ ਵਾਰ ਦੀ ਗੱਲ ਹੈ, ਇੱਕ ਬੰਦਾ ਘਰ ਤੋਂ ਰਿਹਾ ਸੀ ਤੇ ਨਾਲ ਦੇ ਇੱਕ ਗੁਆਂਢਣ ਆ ਕੇ ਪੁੱਛਣ ਲੱਗ ਪਈ, ਘਰ ਧੋਂਦੇ ਹੋ? ਅੱਗੋ ਬੰਦਾ ਜਵਾਬ ਦੇਣ ਲੱਗਾ, ਨਹੀਂ ਪਾਣੀ ਦੇ ਰਿਹਾ, ਹੋ ਸਕਦਾ ਵੱਡੀ ਹੋ ਕੇ ਬੱਸ ਬਣ ਜਾ। ਸੋ ਹੱਸਦੇ ਰਹੋ ਦੋਸਤੋ, ਹੱਸਦੇ ਰਹੋ, ਹੱਸਦਿਆਂ ਦੇ ਘਰ ਬੱਸਦੇ, ਰੋਂਦਿਆਂ ਦੇ ਘਰ ਜਾਂਦੇ। ਸੁਣੋ ਦੋਸਤੋ, ਅਗਲਾ ਜਿਹੜਾ ਚੈਲੇਂਜ ਹੈਗਾ ਸਾਡਾ, ਅਗਲਾ ਚੈਲੇਂਜ ਮੈਂ ਦੇਣ ਜਾ ਰਿਹਾ ਇਸ ਵੀਡੀਓ ਦਾ ਪਹਿਲਾ ਚੈਲੇਂਜ ਰੋਹਜੀਤ ਸਿੰਘ ਨੂੰ। ਰੋਹਜੀਤ ਸਿੰਘ ਨੇ ਬੋਲਣਾ ਹੈਗਾ ਮੱਖੀ ਮੱਛਰ, ਮੱਛੀ ਮੱਛੀ, ਮੱਛਰ ਮੱਖੀ। ਸੋ ਇਹ ਤਿੰਨ ਵਾਰੀ ਬੋਲਣਾ ਰੋਹਜੀਤ ਸਿੰਘ, ਆਓ ਜੀ। ਮੱਖੀ ਮੱਛਰ, ਮੱਛਰ ਮੱਖੀ, ਮੱਖੀ ਮੱਛਰ, ਮੱਛਰ ਮੱਛਰ, ਮੱਛਰ ਮੱਛਰ ਮੱਖੀ, ਮੱਖੀ ਮੱਛਰ, ਮੱਛਰ ਮੱਖਰ, ਮੱਛੀ ਮੱਛੀ, ਮੱਛੀ ਮੱਖਰ, ਮੱਛੀ ਮੱਛਰ, ਮੱਖਰ, ਮੱਛੀ ਮੱਛੀ, ਮੱਛੀ ਮੱਛਰ। ਥੈਂਕ ਯੂ। ਅਸੀਂ ਰੋਹਜੀਤ ਸਿੰਘ, ਚਲੋ ਕੋਈ ਗੱਲ ਨਹੀਂ, ਇਹ ਟਰਾਈ ਹੁੰਦੀ, ਕੋਸ਼ਿਸ਼ ਕਰਨੀ ਚਾਹੀਦੀ ਇਨਸਾਨ ਨੂੰ, ਕੋਸ਼ਿਸ਼ ਅਕਸਰ ਕਾਮਯਾਬ ਹੁੰਦੀ ਹੈ। ਸੋ ਆਓ, ਜਿਹੜਾ ਅਗਲਾ ਚੈਲੰਜ ਹੈ ਸਾਡੇ, ਉਹ ਹੀ ਨੰਨੇ ਮੁੰਨੇ ਪਿਆਰੇ ਸੇ, ਛੋਟੇ ਸੇ, ਵੱਡੇ ਸੇ, ਜੋ ਸਾਡਾ ਬਹੁਤ ਹੀ ਵਧੀਆ ਐਕਟਰ ਹੈ। ਸੋ ਆਓ, ਅਗਲਾ ਚੈਲੰਜ ਉਸਨੂੰ ਦਿੰਦੇ ਹੈ, ਉਹ ਵੀ ਇਹੀ ਬੋਲੇਗਾ, ਮੱਖੀ ਮੱਛਰ, ਮੱਛੀ ਮੱਛੀ, ਮੱਛਰ ਮੱਖੀ। ਸੋ ਆਓ ਜੀ ਸ਼ਾਂਤੀ। ਮੱਛੀ ਮੱਖਰ ਮੱਛੀ, ਮੱਛੀ ਮੱਖਰ ਮੱਖੀ, ਪਾਣੀ ਦੇ ਵਿੱਚ ਮੱਖੀ, ਮੱਛਰ ਦੇ ਵਿੱਚ ਪਾਣੀ, ਪਾਣੀ ਦੇ ਵਿੱਚ ਮੱਛੀ ਮੱਖਰ ਮੱਖੀ, ਮੱਛੀ ਮੱਖਰ ਪਾਣੀ, ਪਾਣੀ ਦੇ ਵਿੱਚ ਮੱਖੀ। ਏਦਾਂ ਨਹੀਂ, ਐ ਨਹੀਂ, ਇਹ ਬੋਲਣਾ ਮੱਖੀ ਮੱਛਰ, ਮੱਛੀ ਮੱਛੀ, ਮੱਛਰ ਮੱਖੀ। ਠੀਕ ਹੈ, ਮੱਛੀ ਮੱਖਰ ਮੱਖੀ, ਮੱਛੀ ਮੱਖਰ ਮੱਛੀ, ਮੱਛੀ ਮੱਛੀ ਮੱਖਰ ਮੱਛੀ, 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 ਮੱਖੀ ਮੱਛਰ ਮੱਛੀ, ਮੱਛਰ ਮੱਖੀ, ਮੱਖੀ ਮੱਛਰ ਮੱਛੀ, ਮੱਛੀ ਮੱਛਰ ਮੱਖੀ, ਮੱਛਰ ਮੱਖੀ, ਮੱਖੀ ਮੱਛਰ ਮੱਖੀ, ਮੱਖੀ ਮੱਛਰ ਮੱਛੀ। ਦੱਬਾ ਹੁਣ ਬਾਜੀ, ਪੰਜ ਥੱਪੜ ਦੇ ਦੇਣਾ। ਲਓ ਜੀ, ਇਹ ਸ਼ਾਂਤ ਸੀਗਾ। ਚਲੋ ਕੋਈ ਗੱਲ ਨਹੀਂ, ਬੱਚਾ ਹੈ, ਆਡੀਓ 'ਤੇ ਟਰਾਈ ਕਰਦਾ, ਕੋਸ਼ਿਸ਼ ਕਰਦਾ, ਕਿਉਂਕਿ ਜਿਹੜਾ ਕੈਮਰਾ, ਕੈਮਰੇ ਦੇ ਮੁੰਡੇ ਬੋਲਣਾ ਵੀ ਬੜਾ ਔਖਾ ਹੁੰਦਾ। ਸੋ ਚਲੋ ਕੋਸ਼ਿਸ਼ ਕਰ ਰਿਹਾ, ਇੱਕ ਬੱਚਾ ਹੈ, ਕੋਈ ਗੱਲ ਨਹੀਂ, ਹੈ ਨਾ, ਹੌਲੀ ਹੌਲੀ ਆਜੂਗਾ। ਸੋ ਇਸ ਤੋਂ ਬਾਅਦ ਅਗਲਾ ਹੀ ਚੈਲੰਜ ਅਸੀਂ ਦਿੰਦੇ ਹਾਂ, ਉਹ ਵੀ ਸਾਡੇ ਬਹੁਤ ਹੀ ਪਿਆਰੇ ਕੰਟੈਸਟੈਂਟ ਕਰਨਪ੍ਰੀਤ ਸਿੰਘ ਸਰ, ਜਿਨ੍ਹਾਂ ਨੇ ਜੋ ਸਾਡੀ, ਮੈਂ ਪਹਿਲਾਂ ਵੀ ਦੱਸਿਆ, ਸਾਡੀ ਵੀਡੀਓ ਨੂੰ ਐਡੀਟਿੰਗ ਵਗੈਰਾ ਕਰਦੇ ਹਾਂ ਔਰ ਬਹੁਤ ਹੀ ਅੱਛਾ ਲਿਖਦੇ ਨੇ। ਸੋ ਆਓ, ਅਗਲਾ ਜਿਹੜਾ ਇਹ ਚੈਲੰਜ ਹੈ ਉਹਨਾਂ ਨੂੰ ਦੇ ਰਿਹਾ ਮੈਂ, ਮੱਖੀ ਮੱਛਰ, ਮੱਛੀ ਮੱਛੀ, ਮੱਛਰ ਮੱਖੀ, ਇਹ ਦਿਨਵਾਈ ਹੈ। ਮੱਖੀ ਮੱਛਰ, ਮੱਛੀ ਮੱਛੀ, ਮੱਛਰ ਮੱਖੀ, ਮੱਖੀ ਮੱਛਰ, ਮੱਛੀ ਮੱਛੀ, ਮੱਛਰ ਮੱਖੀ, ਮੱਛੀ ਮੱਛੀ ਮੱਖਰ, ਮੱਛੀ ਮੱਛੀ ਮੱਛਰ ਮੱਖਰ, ਮੱਛੀ ਮੱਛਰ ਮੱਛੀ, ਮੱਖੀ ਮੱਛਰ, ਮੱਛੀ ਮੱਛੀ, ਮੱਛਰ ਮੱਖੀ, ਮੱਛੀ ਮੱਛਰ ਮੱਖੀ, ਮੱਛੀ। ਗੁੱਡ ਗੁੱਡ ਗੁੱਡ, ਸ਼ਾਬਾਸ਼ ਸ਼ਾਬਾਸ਼। ਮੈਡਮ ਹਰਦੀਸ਼ ਬੈਂਚ, ਸੋ ਆਓ, ਉਹ ਇਹ ਕਨਸੈਪਟ ਨੂੰ, ਇਸ ਚੈਲੰਜ ਨੂੰ ਕਿੱਦਾਂ ਬੋਲਦੇ ਨੇ, ਸੋ ਦੇਖਦੇ ਹਾਂ। ਮੈਡਮ ਹਰਦੀਸ਼ ਬੈਂਚ, ਮੱਖੀ
ਮੱਖੀ ਮੱਛਰ ਮੱਛੀ ਮੱਛੀ ਮੱਛਰ ਮੱਖੀ ਮੱਖੀ ਮੱਛਰ ਮੱਛੀ ਮੱਛੀ ਮੱਖਰ ਮੱਛੀ ਮੱਖੀ ਮੱਛਰ ਮੱਛੀ ਮੱਛੀ ਮੱਖਰ ਮੱਛੀ ਓ ਬੱਲੇ ਦੋਸਤੋ ਕਮਾਲ ਹੋ ਗਿਆ ਧੋਤੀ ਫਟਕੇ ਰੁਮਾਲ ਹੋ ਗਿਆ ਸੋ ਇਹ ਸੀ ਮੈਡਮ ਹਰਦੀਸ਼ ਕੌਰ ਬੈਨ ਜੀ ਸੋ ਆਓ ਅਗਲਾ ਜਿਹੜਾ ਚੈਲੰਜ ਹੈ ਉਹ ਮੈਡਮ ਸਾਡੇ ਬਹੁਤ ਹੀ ਰਿਸਪੈਕਟਡ ਮੈਡਮ ਕਰਮਲਜੀਤ ਕੌਰ ਜੀ ਸੋ ਸਾਡੀ ਟੀਮ ਦੇ ਸੀਨੀਅਰ ਆਰਟਿਸਟ ਨੇ ਸੋ ਅਗਲਾ ਚੈਲੰਜ ਜਿਹੜਾ ਹੈਗਾ ਮੈਡਮ ਕਰਮਲਜੀਤ ਕੌਰ ਜੀ ਥੈਂਕ ਯੂ ਮੱਖੀ ਮੱਛਰ ਮੱਛੀ ਮੱਛੀ ਮੱਛਰ ਮੱਖੀ ਮੱਖੀ ਮੱਛਰ ਮੱਛੀ ਮੱਛੀ ਮੱਛਰ ਮੱਖੀ ਮੱਖੀ ਮੱਛਰ ਮੱਛੀ ਮੱਛੀ ਮੱਛਰ ਮੱਖੀ ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਚਲੋ ਲਓ ਜੀ ਅਗਲਾ ਚੈਲੰਜ ਸਾਡੇ ਬਹੁਤ ਹੀ ਰਿਸਪੈਕਟਡ ਬਹੁਤ ਹੀ ਹੰਢੇ ਹੋਏ ਕਲਾਕਾਰ ਸਾਡੀ ਟੀਮ ਦੇ ਜੋ ਸੀਨੀਅਰ ਨੇ ਸੋ ਅਗਲਾ ਚੈਲੰਜ ਮੈਂ ਉਹਨਾਂ ਨੂੰ ਦੇਣ ਜਾ ਰਿਹਾ ਸਾਡੇ ਬਹੁਤ ਹੀ ਸਤਿਕਾਰਯੋਗ ਸੁਰਿੰਦਰ ਮਹਾਲ ਜੀ ਸੋ ਆਓ ਜੀ ਸਰ ਤੁਸੀਂ ਆਪਣਾ ਇਹ ਚੈਲੰਜ ਬੋਲਣਾ ਮੱਖੀ ਮੱਛਰ ਮੱਛੀ ਮੱਛੀ ਮੱਛਰ ਮੱਖੀ ਮੱਛਰ ਮੱਖੀ ਮੱਛੀ ਮੱਛੀ ਮੱਖੀ ਮੱਛਰ ਮੱਛੀ ਮੱਛੀ ਮੱਛਰ ਮੱਖੀ ਮੱਛੀ ਮੱਛੀ ਮੱਖੀ ਮੱਛਰ ਮੱਛੀ ਮੱਛੀ ਦੋਸਤੋ ਖੁੱਟੀਆ ਦੇ ਸਿੰਘ ਫਸ ਗਏ ਕੋਈ ਨਿੱਤਰ ਉਗੜੇ ਵੀ ਖਾਣੀ ਇਹ ਚੈਲੰਜ ਅਗਲਾ ਚੈਲੰਜ ਜਿਹੜਾ ਹੈਗਾ ਮੈਂ ਦੇਣ ਜਾ ਰਿਹਾ ਹਰ ਚਰਨ ਬੇਲਾ ਜੀ ਮੱਛਰ ਮੱਛੀ ਮੱਛੀ ਮੱਛਰ ਮੱਖੀ ਮੱਛਰ ਮੱਛੀ ਮੱਛੀ ਮੱਛਰ ਮੱਖੀ ਮੱਖੀ ਮੱਛਰ ਮੱਛੀ ਮੱਛੀ ਮੱਛਰ ਮੱਖੀ ਮੱਖੀ ਮੱਛਰ ਮੱਛੀ ਮੱਛੀ ਮੱਛਰ ਮੱਖੀ ਓ ਨੋ ਮੱਖੀ ਮੱਛਰ ਮੱਛੀ ਮੱਛੀ ਮੱਛਰ ਮੱਖੀ ਹੋ ਗਿਆ ਅਗਲਾ ਚੈਲੰਜ ਜਿਹੜਾ ਹੈਗਾ ਮੈਂ ਦੇਣ ਜਾ ਰਿਹਾ ਹਰਮਨ ਅਕਬਰ ਕੁਲੀਨ ਸੋ ਦੇਖਦੇ ਹਾਂ ਉਹ ਕੀ ਕਰ ਰਿਹਾ ਮੱਛਰ ਮੱਛੀ ਮੱਛੀ ਮੱਛਰ ਮੱਖੀ ਮੱਖੀ ਮੱਛਰ ਮੱਛੀ 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 ਮੱਖੀ ਮੱਖਰ ਮੱਛੀ ਮੱਛਰ ਮੱਛੀ ਮੱਛੀ ਮੱਖੀ ਸੋ ਆਓ ਦੋਸਤੋ ਇੱਕ ਹੋਰ ਟਰਾਈ ਕਰਦੇ ਹਾਂ ਇੱਕ ਹੋਰ ਚੈਲੰਜ ਨਾਲ ਸੋ ਇਹ ਚੈਲੰਜ ਇੱਕ ਵਾਰ ਫਿਰ ਤੋਂ ਰੋਹਿਤਜੀਤ ਸਿੰਘ ਨੂੰ ਦੇਣ ਜਾ ਰਹੇ ਹਨ ਇਹ ਵਰਡਿੰਗ ਹੈਗੀ ਆ ਨੀਲੀ ਲੀਰ ਲਾਲ ਲੀਰ ਪੀਲੀ ਲੀਰ ਨੀਲੀ ਲੀਰ ਲਾਲ ਲੀਰ ਪੀਲੀ ਲੀਰ ਨੀਲੀ ਲੀਰ ਲਾਲ ਲੀਰ ਪੀਲੀ ਲੀਰ ਇਹ ਤਿੰਨ ਵਾਰੀ ਬੋਲਣਾ ਆਓ ਜੀ ਰੋਹਿਤ ਜੀ ਨੀਲੀ ਲੀਰ ਲਾਲ ਲੀਰ ਪੀਲੀ ਲੀਰ ਨੀਲੀ ਲੀਰ ਲਾਲ ਲੀਰ ਪੀਲੀ ਲੀਰ ਚਲੋ ਕੋਈ ਗੱਲ ਨੀ ਦੋਸਤੋ ਆਪਾਂ ਅਗਲਾ ਕੰਸੈਪਟ ਜਿਹੜਾ ਹੈ ਕਿ ਸਾਡੇ ਅਗਲੇ ਕਹਿਣਾ ਸ਼ਾਨ ਜੀ ਤੁਸੀਂ ਇਹ ਹੈ ਨੀਲੀ ਲੀਰ ਲਾਲ ਲੀਰ ਪੀਲੀ ਲੀਰ ਤੇ ਤਿੰਨ ਵਾਰੀ ਬੋਲਣਾ ਕੰਟੀਨਿਊ ਬੋਲੋ ਕਾਪੀਰਾਈਟ ਸਟ੍ਰਾਈਕ
ਭਾਈ ਤੂੰ ਚਾਚੇ ਨਾਲ ਨਹੀਂ ਬੋਲ ਰਿਹਾ ਹੈ। ਚਲੋ ਠੀਕ ਹੈ ਠੀਕ ਹੈ, ਕੋਈ ਗੱਲ ਨਹੀਂ, ਓਕੇ ਦੇਖ ਲਓ ਤੁਸੀਂ ਬੰਦੇ ਨੇ ਡੋਲੇ ਵੀ ਦਿਖਾ ਤੇ ਆਪਣੇ, ਕਸਰਤ ਵੀ ਕਰਦਾ ਬੰਦਾ, ਬੰਦਾ ਡੋਲੇ ਦੇਖੋ ਵਧੀਆ ਹੈ, ਬਹੁਤ ਵਧੀਆ ਡਾਂਸ ਵੀ ਕਰਦਾ ਹੈ, ਗਾਣੇ ਬਹੁਤ ਵਧੀਆ ਬੋਲਦਾ ਹੈ, ਓਕੇ ਜਿਹਨਾਂ ਨੇ ਟਾਈਮ ਲੱਗਿਆ ਤਾਂ ਗਾਣੇ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ। ਸੋ ਜਿਹੜਾ ਇਹੀ ਅਗਲਾ ਚੈਲੰਜ ਹੈਗਾ ਸਾਡਾ, ਅਗਲਾ ਇਹੀ ਚੈਲੰਜ ਸਾਡਾ ਕਰਨਪ੍ਰੀਤ ਸਿੰਘ ਨੂੰ। ਸੋ ਕਰਨਪ੍ਰੀਤ ਸਿੰਘ ਵੀ ਬੋਲਣਗੇ ਨੀਲੀ ਲੀਰ ਲਾਲ ਲੀਰ ਪੀਲੀ ਲੀਰ। ਸੋ ਹੱਸਦੇ ਸੁਣਾਉਂਦੇ ਰਹੋ ਦੋਸਤੋ, ਇਹ ਵੀਡੀਓ ਤੁਸੀਂ ਐਂਡ ਤੱਕ ਦੇਖੋ। ਸੋ ਇਸ ਵੀਡੀਓ ਦੇ ਵਿੱਚ ਦੇਖ ਕੇ ਤੁਸੀਂ ਦੱਸੋ ਕਿ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਹੈ ਨਾ, ਤੁਸੀਂ ਵੀ ਇਹ ਜਿਹੜੀ ਵਰਡਿੰਗ ਅਸੀਂ ਤੁਹਾਨੂੰ ਦਿੱਤੀ ਹੈ ਤੁਸੀਂ ਬੋਲ ਕੇ ਸਾਨੂੰ ਵਟਸਐਪ ਕਰ ਸਕਦੇ ਹੋ, ਅਸੀਂ ਵੀਡੀਓ ਦੇ ਵਿੱਚ ਆਪਣਾ ਵਟਸਐਪ ਨੰਬਰ ਦੇਵਾਂਗੇ, ਤੁਸੀਂ ਆਪਣੇ ਕਲਿੱਪ ਬਣਾ ਕੇ ਸਾਨੂੰ ਭੇਜ ਸਕਦੇ ਹੋ, ਅਸੀਂ ਆਪਣੀ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਹਾਡੀ ਕਲਿੱਪ ਪਾਵਾਂਗੇ। ਤੁਸੀਂ ਇੱਦਾਂ ਦਾ ਕੋਈ ਚੈਲੰਜ ਤੁਹਾਡੇ ਕੋਲ ਹੈ ਤਾਂ ਤੁਸੀਂ ਆਪਣੀ ਵੀਡੀਓ ਬਣਾ ਕੇ ਭੇਜੋ, ਅਸੀਂ ਉਸ ਚੈਲੰਜ ਨੂੰ ਹੋਰ ਬੰਦਿਆਂ ਨੂੰ ਬੁਲਵਾ ਕੇ ਉਸਦੀ ਵੀਡੀਓ ਬਣਾ ਕੇ ਅਸੀਂ ਯੂਟਿਊਬ ਚੈਨਲ 'ਤੇ ਪਾਵਾਂਗੇ। ਸੋ ਦੇਖਦੇ ਰਹੋ ਸਾਡਾ ਚੈਨਲ ਸੱਜਣ ਅਕਬਰ ਪੁਰੀ, ਉਸ 'ਤੇ ਇਹ ਕਰਕੇ ਦੇਖਾਓ ਬਾਬੂ ਚਿੱਕ ਕਰਕੇ ਦੇਖਾਓ ਬਾਬੂ, ਅਰੇ ਕਰੋ ਨਾ ਕਰੋ, ਕੋਸ਼ਿਸ਼ ਕਰਨ ਮੈਂ ਕਿਹਾ ਹੈ ਕੁਛ ਨਹੀਂ ਨਾ, ਤੂੰ ਕੋਈ ਕਰੋ ਕਰਦੇ ਕਿਉਂ ਨਹੀਂ ਭਾਈ, ਸ਼ਰਮਾਤੇ ਕਰੋ, ਇੱਥੇ ਆ ਕੇ ਸੰਗਣਾ ਫਿਰ ਇੱਥੋਂ ਕੀ ਮੰਗਣਾ, ਕਰੋ ਨਾ ਭਾਈ ਆ ਲੈ ਆ ਦੇ। Oh no! ਦੋਸਤੋ ਆਓ ਅਗਲਾ ਜਿਹੜਾ ਚੈਲੰਜ ਹੈ ਸਾਡੀ ਟੀਮ ਦੇ ਬਹੁਤ ਹੀ ਪਿਆਰੇ ਆਰਟਿਸਟ, ਬਹੁਤ ਹੀ ਅੱਛੇ ਆਰਟਿਸਟ, ਸੋ ਉਹਨਾਂ ਨੂੰ ਦੇਣ ਜਾ ਰਹੇ ਹਾਂ। ਸੋ ਦੇਖਦੇ ਹਾਂ ਉਹ ਕਿੱਦਾਂ ਕਰਦੇ ਨੇ ਅਤੇ ਕੀ ਕਰਦੇ ਨੇ, ਤੁਸੀਂ ਕੋਸ਼ਿਸ਼ ਕਰੋ ਕਰਦੇ ਰਹੋ। ਲੀਰ ਲਾਲ ਲੀਰ ਪੀਲੀ ਲੀਰ, ਨੀਲੀ 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 ਲੀਰ ਲਾਲ ਲੀਰ ਪੀਲੀ ਲਾਲ ਲੀਰ ਪੀਲੀ ਲੀਰ, ਨੀਲੀ ਲੀਰ ਪੀਲੀ ਲੀਰ ਲਾਲ ਲੀਰ, ਨੀਲੀ ਲੀਰ ਪੀਲੀ ਲੀਰ ਲਾਲ ਲੀਰ, ਨੀਲੀ ਲੀਰ ਲਾਲ ਲੀਰ ਪੀਲੀ ਲੀਰ, ਨੀਲੀ ਲੀਰ ਲਾਲ ਲੀਰ ਨੀਲੀ ਲੀਰ ਲਾਲ ਲੀਰ ਪੀਲੀ ਲੀਰ, 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 ਲਾਲ ਨੀਰ ਪੀਲੀ ਲੀਰ ਨੀਲੀ ਲੀਰ, ਲਾਲ ਲੀਰ ਮਿਲੀ ਲੀਰ ਲੀਲੀ ਲੀਰ, ਲਾਲ ਲੀਰ ਲੀਲੀ ਲੀਰ ਪੀਲੀ ਲੀਰ। ਜਦ ਤੱਕ ਦੇਖਦੇ ਰਹੋ ਸਾਡੀ ਵੀਡੀਓ ਨੂੰ, ਦੇਖ ਕੇ ਲਾਈਕ ਕਰੋ, ਕਮੈਂਟ ਕਰੋ ਅਤੇ ਸਬਸਕ੍ਰਾਈਬ ਸਾਡੇ ਚੈਨਲ ਨੂੰ ਕਰੋ ਤਾਂ ਕਿ ਸਾਡੀਆਂ ਇਹ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹੇ, ਲੋਕਡਾਊਨ ਦੇ ਦੌਰਾਨ ਤੁਸੀਂ ਤੁਹਾਡਾ ਜਿਹੜਾ ਮਨੋਰੰਜਨ ਇਹ ਹੁੰਦਾ ਰਹੇ। ਸੋ ਦੋਸਤੋ
ਸ਼ੁਕਰਗੁਜ਼ਾਰ ਕਰਦੇ ਹਾਂ ਤੁਸੀਂ ਟਾਈਮ ਕਰਦੇ ਹੋ ਸਾਡੀ ਵੀਡੀਓ ਦੇ ਵਾਸਤੇ, ਕਿਉਂਕਿ ਅਸੀਂ ਸੋਚਦੇ ਹਾਂ ਕਿ ਜੇ ਅਗਰ ਖਬਰਾਂ ਦੇਖੀ ਜਾਂਦੇ ਹਾਂ ਸਾਰਾ ਦਿਨ, ਸਾਡੇ ਦਿਮਾਗ 'ਤੇ ਜਿਹੜੀ ਵਰਡਨ ਪੈਂਦੀ ਹੈ, ਸਾਡਾ ਜਿਹੜਾ ਦਿਮਾਗ ਹੈ ਟੈਨਸ਼ਨ ਵਿੱਚ ਜਾਂਦਾ ਹੈ, ਅਸੀਂ ਟੈਨਸ਼ਨ ਵਿੱਚ ਆ ਜਾਂਦੇ ਹਾਂ ਕਿ ਸਾਰਾ ਦਿਨ ਕਰੋਨਾ 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 ਹੋ ਹੀ ਜਾਂਦੀ ਹੈ। ਲੇਕਿਨ ਅਸੀਂ ਉਸ ਤੋਂ ਬਾਹਰ ਨਿਕਲ ਕੇ ਇਹ ਇੱਕ ਹੱਲ ਲੱਭਿਆ ਕਿ ਅਸੀਂ ਆਪਣੇ ਪਰਿਵਾਰ ਦੇ ਨਾਲ ਬੈਠ ਕੇ, ਆਪਣੇ ਪਰਿਵਾਰ ਦੇ ਨਾਲ ਹੱਸ ਖੇਡ ਕੇ ਇਹ ਜਿਹੜਾ ਟਾਈਮ ਹੈਗਾ ਗੁਜ਼ਾਰਨਾ ਹੈ। ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ, ਆਪਣੇ ਘਰਾਂ ਦੇ ਵਿੱਚ ਰਹੋ, ਸੁਰੱਖਿਅਤ ਰਹੋ, ਸੋ ਸਫਾਈ ਰੱਖੋ, ਆਪਣੇ ਹੱਥਾਂ ਨੂੰ ਵਾਰ ਵਾਰ ਧੋਵੋ, ਸੈਨੀਟਾਈਜ਼ਰ ਦਾ ਇਸਤੇਮਾਲ ਕਰੋ, ਸੈਨੀਟਾਈਜ਼ਰ ਨਹੀਂ ਹੈ ਤਾਂ ਕਿਸੇ ਚੰਗੇ ਸਾਬਣ ਦੇ ਨਾਲ ਵੀ ਹੱਥ ਧੋ ਸਕਦੇ ਹੋ। ਸੋ ਆਪਣੇ ਘਰਾਂ ਦੇ ਵਿੱਚ ਰਹੋ, ਸੁਰੱਖਿਅਤ ਰਹੋ। ਧੰਨਵਾਦ ਜੀ।